ਜਦੋਂ ਤੋਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਅਸੀਂ ਤੇ तकरीबन ਇੱਕ ਸੌਰੀ 6 ਅਕਤੂਬਰ ਤੋਂ ਹੀ ਲੱਗੇ ਹੋਏ ਆ ਇਸ ਸੰਘਰਸ਼ ਦੇ ਵਿੱਚ ਪਹਿਲਾਂ ਟੋਲ ਪਲਾਂਜਾਂ ਦੇ ਉੱਤੇ ਪੱਕੇ ਮੋਰਚੇ ਲੱਗੇ ਹੋਏ ਆ ਔਰ ਇਹ ਜਿਹੜੀ ਵੀਡੀਓ ਜ਼ਿਆਦਾ ਵਾਇਰਲ ਹੋ ਰਹੀ ਆ ਇਹ ਹੈਗੀ ਸੀਗੀ ਸ਼ੰਭੂ ਬਾਰਡਰ ਦੀ ਜਿੱਥੇ ਪੰਜਾਬ ਤੋਂ ਹਰਿਆਣਾ ਦਾ ਬਾਰਡਰ ਸ਼ੁਰੂ ਹੁੰਦਾ ਉੱਥੇ ਅਸੀਂ ਜਦੋਂ ਇਹ ਦਿੱਲੀ ਵੱਲ ਜਾ ਰਹੇ ਸੀਗੇ ਜੋ ਕਿਸਾਨ ਜਥੇਬੰਦੀਆਂ ਦੀ 26 27 ਤਰੀਕ ਦੀ ਕਾਲ ਸੀਗੀ ਉਸੇ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਸਤੇ ਅਸੀਂ ਵੀ ਜਾ ਰਹੇ ਸੀਗੇ ਦਿੱਲੀ ਵੱਲ ਨੂੰ ਪਰ ਇਹਨਾਂ ਨੇ ਜੋ ਸ਼ਭੂ ਬਾਰਡਰ ਦੇ ਉੱਤੇ ਰੋਕ ਲਿਆ 26 ਤਰੀਕ ਨੂੰ ਸਵੇਰੇ ਔਰ ਉਥੇ ਜਿੱਦਾਂ ਜਿੱਦਾਂ ਵੀ ਸਾਡੇ ਨਾਲ ਦੇ ਕਿਸਾਨ ਜਥੇਬੰਦੀਆਂ ਵਧ ਗਈਆਂ ਸੰਗਤ ਵਧ ਗਈ ਅਸੀਂ ਫਿਰ ਕੋਸ਼ਿਸ਼ ਕੀਤੀ ਵੀ ਆਪਾਂ ਇੱਥੇ ਰੁਕ ਕੇ ਨਹੀਂ ਬੈਠ ਜਾਣਾ ਅਸੀਂ ਦਿੱਲੀ ਵੱਲ ਜਾਣਾ ਹੈ ਔਰ ਅਸੀਂ ਬਾਰਡਰ ਨੂੰ ਜਿਹੜੀਆਂ ਰੋਕਾਂ ਲਾਈਆਂ ਸੀ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਔਰ ਅਸੀਂ ਉਹਦੇ ਵਿੱਚ ਕਾਮਯਾਬੀ ਰਹੇ ਸਭ ਤੋਂ ਪਹਿਲਾਂ ਤੇ ਇੰਨਾ ਜਿਹੜਾ ਉਥੇ ਰਸਤੇ ਦੇ ਵਿੱਚ ਪੱਥਰ ਰੱਖੇ ਹੋਏ ਸੀਗੇ ਉਹਦੇ ਅੱਗੇ ਉਹਨਾਂ ਨੂੰ ਇਸ ਤਰੀਕੇ ਨਾਲ ਰੱਖਿਆ ਹੈਗਾ ਵੀ ਇੱਕ ਪੱਥਰ ਦਾ ਇੰਨਾ ਕਿ ਜਿਆਦਾ ਭਾਰੀ ਵੀ 10 ਬੰਦੇ ਵੀ ਚੁੱਕ ਕੇ ਪਾਰੀ ਨਹੀਂ ਕਰ ਸਕਦੇ ਪਰ ਨੌਜਵਾਨਾਂ ਦੇ ਵਿੱਚ ਆਪਣੇ ਹੱਕਾਂ ਲਈ ਜੋਸ਼ ਇੰਨਾ ਜਿਆਦਾ ਹੈਗਾ ਕਿ ਉਹ ਪੱਥਰ ਚੁੱਕ ਚੁੱਕ ਕੇ ਵੀ ਸਾਈਡ ਦੇ ਕਰਤੇ ਉੱਤੋਂ ਉਹਨਾਂ ਨੂੰ ਜੰਜੀਰਾਂ ਦੇ ਨਾਲ ਮੋਟੀਆਂ ਜੰਜੀਰਾਂ ਦੇ ਨਾਲ ਬੰਨਿਆ ਹੋਇਆ ਹੋਏਗਾ ਕਿ ਸੰਗਲ ਪਾ ਕੇ ਤਾਲੇ ਲਾਏ ਹੋਏ ਹੋਏਗਾ ਵੀ ਇਹ ਕਿਸੇ ਵੀ ਤਰ੍ਹਾਂ ਉਹ ਵੀ ਨਾ ਟੁੱਟ ਸਕੇ ਪਰ ਉਹ ਪਹਿਲਾਂ ਹੀ ਸਾਡੇ ਦਿਮਾਗ 'ਚ ਸੀਗੀ ਔਰ ਸਾਡੇ ਕੁਝ ਵੀਰ ਆਪਣੇ ਥੋੜੀ ਸਣੇ ਪਹਿਲਾਂ ਤੁਸੀਂ ਨਾਲ ਲੈ ਕੇ ਗਏ ਸੀਗੇ ਤੇ ਉਹਨੂੰ ਵੀ ਆਪਾਂ ਤੁਹਾਡੇ ਚ ਕਾਮਯਾਬ ਰਹੇ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਆਹ ਵੱਡੇ ਵੱਡੇ ਇਹਨਾਂ ਦੇ ਜਿਹੜੇ ਬੈਰੀਕੇਟ ਲੱਗੇ ਲੋਹੇ ਦੇ ਉਹਨਾਂ ਨੂੰ ਵੀ ਇੰਨੇ ਕ ਵਧੀਆ ਤਰੀਕੇ ਨਾਲ ਬੰਨਿਆ ਹੋਇਆ ਹੈਗਾ ਵੀ ਹਰੇਕ ਜੋੜ ਦੇ ਨਾਲ ਸੰਗਲ ਮੋਟੇ ਲਾਏਗੇ ਉਹ ਵੀ ਇਹ ਕਿਸੇ ਵੀ ਤਰ੍ਹਾਂ ਅਲੱਗ ਨਾ ਕੀਤਾ ਜਾਵੇ ਟੁੱਟ ਨਾ ਸਕੇ ਔਰ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਅਸੀਂ ਉਹ ਪੁਲ ਦੇ ਵਿੱਚੋਂ ਸਾਰੇ ਜਥੇਬੰਦੀਆਂ ਦੇ ਜਿੰਨੇ ਵੀ ਵੀਰ ਉੱਥੇ ਪ੍ਰੋਟੈਸਟ ਕਰਦੇ ਵੇਹੀ ਤੋੜਨ ਦੀ ਕੋਸ਼ਿਸ਼ ਉਹਨਾਂ ਨੇ ਚੁੱਕ ਚੁੱਕ ਕੇ ਪੁਲ ਤੋਂ ਥੱਲੇ ਮਾਰੇ ਔਰ ਨਾਲ ਦੀ ਨਾਲ ਜਿਹੜੇ ਅਸੀਂ ਖੋਲ ਨਹੀਂ ਸਕੇ ਬਾਅਦ ਵਿੱਚ ਉਹ 5-6 ਬੈਰੀਕੇਡ ਇਕੱਠੇ ਹੀ ਪੁਲ ਤੋਂ ਥੱਲੇ ਸੁੱਟ ਦਿੱਤੇ ਔਰ ਇਹ ਸਾਰਾ ਕੁਝ ਕਰਨ ਦੇ ਵਿੱਚ ਜਿੱਥੇ ਵੀ ਜਥੇਬੰਦੀਆਂ ਨੌਜਵਾਨਾਂ ਦਾ ਵੱਡਾ ਯੋਗਦਾਨ ਸੀਗਾ ਸਾਰਿਆਂ ਨੇ ਆਪਣੇ ਹੱਕਾਂ ਦੇ ਵਾਸਤੇ ਇਹਨਾਂ ਜੋਸ਼ ਵਖਾਇਆ ਔਰ ਉਹ ਨਾਕੇ ਤੋੜੇ ਉਸ ਤੋਂ ਬਾਅਦ ਅੱਗੇ ਸਾਡੇ ਵਾਸਤੇ ਵੱਡੀ ਮੁਸ਼ਕਲ ਆ ਗਈ ਸામੋਹ ਸਾਹਮਣੀ ਦੀ ਗੱਲ ਆ ਗਈ ਕਿ ਪੁਲਿਸ ਦੀ ਏ ਘੇਰਾਬੰਦੀ ਸੀਗੀ ਬਹੁਤ ਜ਼ਿਆਦਾ ਜਦੋਂ ਆਪਾਂ ਉਹਨਾਂ ਨੂੰ ਅੱਗੇ ਲੰਘਣ ਦੇ ਵਾਸਤੇ ਕੋਸ਼ਿਸ਼ ਕੀਤੀ ਤੇ ਭਾਰੀ ਲਾਠੀ ਚਾਰਜ ਕੀਤਾ ਜਿਹਦੇ ਨਾਲ ਮੇਰੇ ਵੀ ਸੱਟਾਂ ਲੱਗੀਆਂ ਕੁਝ ਹੋਰ ਵੀਰਾਂ ਦੇ ਨਾਲ ਸਾਰਿਆਂ ਦੇ ਸੱਟਾਂ ਵੱਜੀਆਂ ਔਰ ਇਹਦੇ ਵਿੱਚ ਵਿੱਚ ਜਦੋਂ ਅਸੀਂ ਇਹ ਬੈਰੀਕੇਡ ਤੋੜਦੇ ਪਏ ਸੀ ਨਾ ਅਥਰੂ ਗੈਸ ਦੇ ਗੋਲੇ ਪਾਣੀ ਦੀ ਪਿਛਾਰ ਲਗਾਤਾਰ 2 ਤੋਂ 2.5 ਘੰਟੇ ਸਾਰੇ ਵੀਰਾਂ ਨੇ ਆਪਣੇ ਉੱਤੇ ਹੰਡਾਈ ਤੇ ਉਤੂ ਗੈਸ ਦੇ ਗੋਲੇ ਤੇ ਇੰਨੇ ਕ ਜਿਆਦਾ ਉਹ ਕੰਮ ਕਰਦੇ ਸੀਗੇ ਕਿ ਇੱਕ ਵਾਰੀ ਜਦੋਂ ਡਿੱਗ ਪੈਂਦਾ ਸੀ ਨਾ ਲਾਗੇ ਦੂਜਾ ਸਾਹ ਲੈਣਾ ਔਖਾ ਹੋ ਜਾਂਦਾ ਸੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਈ ਵਾਰ ਸੁੱਟਿਆ ਵੀ ਪੁਲ ਤੋਂ ਥੱਲੇ ਵੀ ਸਾਰਾ ਕੁਝ ਹੋਇਆ ਪਰ ਉਹਦੇ ਵਿੱਚ ਅਸੀਂ ਵੀ ਘੇਰੇ ਦੇ ਵਿੱਚ ਆ ਗਏ ਕਿ ਜਦੋਂ ਅਸੀਂ ਬੈਰੀਕੇਡ ਪੁਲ ਤੋਂ ਥੱਲੇ ਸੁੱਟਣ ਲੱਗੇ ਤੇ ਉਹ ਪੁਲਸ ਵਾਲਿਆਂ ਨੇ ਸਾਡੇ ਪੈਰਾਂ ਦੇ ਵਿੱਚ ਹੀ ਸੁੱਟ ਦਿੱਤਾ ਇੱਕ ਧਿਆਨ ਸੀਗਾ ਸਾਡਾ ਕਿ ਬੈਰੀਕੇਡ ਪੁਲ ਤੋਂ ਥੱਲੇ ਸੁੱਟੀਏ ਦੂਜਾ ਥੱਲੇ ਉਹ ਗੋਲਾ ਚੱਲ ਗਿਆ ਉਹ ਇੰਨਾ ਕਿ ਜਿਆਦਾ ਚੱਲ ਗਿਆ ਕਿ ਅਸੀਂ ਉਹਦੇ ਵਿੱਚੋਂ ਬਾਹਰ ਨਹੀਂ ਨਿਕਲ पाए ਉੱਥੇ ਹੀ ਸਾਡਾ ਸਾਹ ਕੁੱਟਿਆ ਗਿਆ ਤੇ ਤੁਸੀਂ ਦੋ ਥੋੜੇ ਕਦਮ ਅੱਡ ਕਰਕੇ ਤੇ ਉੱਥੇ ਸਾਡੇ 4-5 ਵੀਰ ਡਿੱਗ ਗਏ ਤੇ ਸਾਨੂੰ ਵੀਰਾਂ ਨੇ ਚੁੱਕ ਕੇ ਬਾਹਰ ਲੈ ਕੇ ਤੇ ਜਿਹੜੇ ਟਰੱਕ ਦੀ ਵਾਲੀ ਵੀਡੀਓ ਆ ਇਹ ਆਈ ਸੀਗੀ ਚੌਥੇ ਪੜਾ ਦੇ ਜਦੋਂ ਅਸੀਂ ਪੁਲਿਸ ਨੂੰ ਵੀ ਘੇਰਾਬੰਦੀ ਤੋੜ ਕੇ ਨਿਕਲੇ ਉਸ ਤੋਂ ਬਾਅਦ ਇਹ ਟਰੱਕ ਚਾਰ ਪੰਜ ਰੋਡ ਚ ਇਹਨਾਂ ਨੇ ਖਲਾਰੇ ਹੋਏ ਸੀਗੇ ਕਿ ਕਿਸੇ ਵੀ ਤਰ੍ਹਾਂ ਦਾ ਟਰਾਲੀ ਦਾ ਰਸਤਾ ਨਾ ਬਣ ਸਕੇ ਅੱਗੇ ਜਾਣ ਦਾ ਤੇ ਸਾਰੇ ਵੀਰਾਂ ਚ ਇਹਨਾਂ ਜੋਸ਼ ਸੀਗਾ ਕਿ ਇੱਕ ਟਿਪਰ ਨੂੰ ਤੇ ਹਲਾ ਹਲਾ ਕੇ ਇਹੀ ਸਾਈਡ ਕਰਤਾ ਉਹਦੇ ਪਿੱਛੋਂ ਵਧੀਆ ਰਾਹ ਲੰਘ ਬਣ ਗਿਆ ਕਿ ਉਥੋਂ ਟਰਾਲੀ ਸੋਖੀ ਲੰਘ ਸਕਦੀ ਆ ਜਿਹੜੀ ਮੇਰੀ ਵੀਡੀਓ ਵਾਇਰਲਾਈ ਟਰੱਕ ਵਾਲੀ ਉਹ ਦੋ ਨੰਬਰ ਦੇ ਇੱਕ ਟਰੱਕ ਖੜਾ ਸੀਗਾ ਜਿਹੜਾ ਵੱਡਾ ਟ੍ਰੇਲਰ ਸੀਗਾ ਉਹਦੇ ਉੱਤੇ ਇੱਕ ਰੋਡ ਰੋਲਰ ਵੀ ਲੋਡ ਕੀਤਾ ਹੋਇਆ ਹੈਗਾ ਤੇ ਉਹ ਜਦੋਂ ਮੈਂ ਉਹਦੀ ਬਾਰੀ ਖੋਲ ਕੇ ਵੇਖੀ ਉਹਦੀ ਅਚਨਚੇਤ ਚਾਬੀ ਵਿੱਚ ਲੱਗੀ ਪਈ ਉਹ ਡਰਾਈਵਿੰਗ ਮੈਨੂੰ ਵਧੀਆ ਆਉਂਦੀ ਆ ਤੇ ਮੈਂ ਉਹਦੇ ਉੱਤੇ ਚੜ ਗਿਆ ਟਰੱਕ ਦੇ ਉੱਤੇ ਉਹਨੂੰ ਬਾਹਰੇ ਕੋਸ਼ਿਸ਼ ਕੀਤੀ ਕਰਨ ਦੀ ਤੇ ਉਹ ਮੈਨੂੰ ਰੋਕਣ ਵਾਸਤੇ ਸਾਰੇ ਹੀ ਪੁਲਿਸ ਵਾਲੇ ਆ ਗਏ ਉਹਨਾਂ ਨੇ ਖੱਬੇ ਪਾਸੇ ਤੋਂ ਵੀ ਬਾਰੀ ਖੋਲ ਕੇ ਮੇਰੇ ਤੇ ਡਾਂਗਾ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਪਰ ਮੇਰਾ ਟਾਰਗੇਟ ਜੀ ਕਿ ਵੀ ਆਪਾਂ ਰਾਹ ਕਲੀਅਰ ਕਰਨਾ ਜਾਂ ਡਾਂਗਾ ਤੋਂ ਡਰ ਨਹੀਂ ਲੱਗਦਾ ਜੇ ਡਾਂਗਾ ਤੋਂ ਡਰ ਲੱਗਦਾ ਹੁੰਦਾ ਤੇ ਆਪਾਂ ਉੱਥੇ ਜਾਂਦੇ ਹੀ ਨਾ ਤੇ ਸੱਜੇ ਪਾਸੇ ਸਾਰਾ ਜੋ ਵੀਡੀਓ ਚ ਆ ਰਿਹਾ ਕਿ ਇੱਕ ਪਾਸੇ ਉਹ ਵੱਡੇ ਹਜੂਮ ਨੂੰ ਤੋਂ ਲੈ ਕੇ ਅੱਗੇ ਪ੍ਰਸ਼ਾਸਨ ਉਹਨਾਂ ਨੇ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਰੋਕਣ ਦੀ ਕੋਸ਼ਿਸ਼ ਕੀਤੀ ਡਾਂਗਾ ਵੀ ਚਲਾਈਆਂ ਔਰ ਪਰ ਅਸੀਂ ਜਿਹੜਾ ਟਾਰਗੇਟ ਜੀ ਕਿ ਵੀ ਰਸਤਾ ਕਲੀਅਰ ਕਰਨਾ ਉਹ ਮੈਂ ਉਹਦੇ ਵਿੱਚ ਕਾਮਯਾਬ ਰਿਆਂ ਹੁਣ ਵਾਪਸ ਜਾਓਗੇ ਜਨ ਬਿਲਕੁਲ ਜੀ ਅੱਜ ਜੇ ਕੱਲ ਤੇ ਸਾਡੀ ਕੋਈ ਇਦਾਂ ਦੀ ਮਜਬੂਰੀ ਬਣ ਗਈ ਸੀਗੀ ਕਿ ਰਸਤੇ ਦੇ ਵਿੱਚੋਂ ਸਾਨੂੰ ਵਾਪਸ ਆਣਾ ਪਿਆ ਕਿਉਂਕਿ ਜਦੋਂ ਪਾਣੀ ਦੀ ਵਿਚਾਰ ਚੱਲਦੀ ਹੈ ਨਾ ਉਹ ਥੱਲੇ ਗੰਦਾ ਪਾਣੀ ਆ ਰਿਹਾ ਸੀਗਾ ਘੱਗਰ ਦਰਿਆ ਦਾ ਪੁਲ ਦੇ ਥੱਲੇ ਇੱਕ ਪਾਣੀ ਦਰਿਆ ਸੀਗਾ ਉੱਥੋਂ ਇਹ ਵਾਟਰ ਕੈਨਡਨ ਦੀ ਸਪਲਾਈ ਇਹਨਾਂ ਨੇ ਲਾਈ ਹੈਗੀ ਔਰ ਜਦੋਂ ਸਾਰੀ ਦਿਹਾੜੀ ਪਾਣੀ ਉੱਤੇ ਪੈਂਦਾ ਰਿਹਾ ਔਰ ਥੂ ਗੈਸ ਦੇ ਨਾਲ ਜਿਹੜੇ ਗੋਲੇ ਚੱਲੇ ਉਹਦੇ ਨਾਲ ਮੇਰਾ ਜਦੋਂ ਅੰਦਰ ਗਏ ਤੇ ਮੂੰਹ ਪੱਕ ਗਿਆ ਜੀਭ ਵੀ ਪੱਕ ਗਈ ਇੱਥੋਂ ਤੱਕ ਵੀ ਇਹ ਜੋ ਪਾਣੀ ਵੀ ਪੀਂਦੇ ਸੀ ਨਾ ਉਹ ਵੀ ਮੁਸ਼ਕਲ ਹੁੰਦਾ ਸੀਗਾ ਇਹ ਬੁਖਾਰ ਇੰਨਾ ਕਿ ਜ਼ਿਆਦਾ ਹੋ ਗਿਆ 101 ਦੇ ਲਾਗੇ ਛਾਕੇ ਬੁਖਾਰ ਵੀ ਹੋ ਗਿਆ ਫਿਰ ਉਹਦਾ ਗੰਦਾ ਪਾਣੀ ਹੀ ਉਹਦੇ ਨਾਲ ਸਰੀਰ ਦੇ ਉੱਤੇ ਵਾਲ ਤੱਕ ਗਿੱਲੇ ਹੋ ਗਏ ਸਰੀਰ ਦੇ ਤੇ ਇੰਨੀ ਕ ਜਿਆਦਾ ਖਾਰਸ਼ ਬੁਰੀ ਤਰ੍ਹਾਂ ਨਾਲ ਉਹ ਅਸੀਂ ਸਾਬ ਸਫਾਈ ਕਰਨ ਵਾਸਤੇ ਪਿੱਛੇ ਵਾਪਸ ਆਏ ਫਤਿਹਗੜ੍ਹ ਸਾਹਿਬ ਆਏ ਉੱਥੇ ਆ ਕੇ ਆਪਣੇ ਕੱਪੜੇ ਬਦਲੇ ਪੁਰਾਣੇ ਪਰ ਉੱਥੇ ਆ ਕੇ ਟੈਂਪਰੇਚਰ ਇੰਨਾ ਕੋ ਗਿਆ ਕੁਝ ਉਦੋਂ ਨੂੰ ਜਿਹੜੀਆਂ ਪਹਿਲੀਆਂ ਡੰਗਾਂ ਵੱਜੀਆਂ ਉਹਨਾਂ ਦੀਆਂ ਸੱਟਾਂ ਫਿਰ ਦਰਦ ਕਰਨ ਲੱਗੀਆਂ ਮੇਰੇ ਮੋਢੇ ਤੇ ਵੀ ਆ ਤੁਸੀਂ ਦੇਖੋਗੇ ਤੇ ਆ ਸਾਰਾ ਮੋਢਾ ਆ ਬੰਨਿਆ ਹੋਇਆ ਇੱਥੇ ਮੈਂ ਪ੍ਰੋਪਰ ਕਰਕੇ ਤੇ ਇਦਾਂ ਹੀ ਹੋਰ ਵੀ ਸਾਡੇ ਸਾਰੇ ਵੀਰਾਂ ਦੇ ਗੁੱਜੀਆਂ ਸੱਟਾਂ ਲੱਗੀਆਂ ਫਿਰ ਉਹ ਸਰੀਰਕ ਪ੍ਰੇਸ਼ਾਨੀ ਪ੍ਰੇਸ਼ਾਨੀ ਕਰਕੇ ਸਾਨੂੰ ਵਾਪਸ ਆਉਣਾ ਪਿਆ ਅਸੀਂ ਸਵੇਰੇ 4 ਵਜੇ ਹੀ ਅੱਜ ਵਾਪਸ ਆਏ ਆ ਪਰ ਹੁਣ ਸਾਡੀ ਵੱਡੇ ਕਾਫਲੇ ਦੇ ਵਿੱਚ ਅਸੀਂ ਸਾਰੇ ਨੌਜਵਾਨ ਅੱਜ ਰਾਤ ਨੂੰ ਫੇਰ ਚੱਲਾਂਗੇ ਔਰ ਗੁਰਦਾਸਪੁਰ ਦੇ ਜਿੰਨੇ ਵੀ ਨੌਜਵਾਨ ਆ ਸਾਰੇ ਚੱਲਣ ਦੇ ਹੁਣ ਉਸ਼ਾਕ ਆ ਉਹਨਾਂ ਨੂੰ ਨਾਲ ਲੈ ਕੇ ਅੱਜ ਰਾਤ ਨੂੰ ਅਸੀਂ ਦਿੱਲੀ ਵੱਲ ਨੂੰ ਚੱਲਣਾ ਹੈ